ਬਲਦੀਪ ਸਿੰਘ ਦਾ ਨੋਵਲ ਬਲਦੀ ਦਰਿਆ ਦਾ ਦੂਸਰੀ ਅੰਗ ਦਾ ਬਾਕੀ ਦਾ ਹਿੱਸਾ ਸੱਚੀ ਰੁਲੀਆ ਸਿੰਘ ਦੇ ਮੂੰਹੋਂ ਕੋੜੇ ਬੋਲ ਨਿਕਲ ਜਾਣੇ ਸਨ ਜੇ ਉਦੋਂ ਬਾਹਰੋਂ ਆਵਾਜ਼ ਨਾ ਸੁਣਦੀ ਮਾਸਟਰ ਰੁਲੀਆ ਸਿੰਘ ਜੀ ਆਵਾਜ਼ ਤਾਂ ਜਾਣੀ ਪਛਾਣੀ ਸੀ ਤੇ ਰੁਲੀਆ ਸਿੰਘ ਝਟ ਉੱਠ ਕੇ ਬਾਹਰ ਚਲਾ ਗਿਆ ਰੇਲਵੇ ਪੁਲ ਦੇ ਪਾਰ ਰਹਿਂਦਾ ਉਹਦਾ ਦੋਸਤ ਮਾਸਟਰ ਵੀਰ ਸਿੰਘ ਦਰਾਂ 'ਚ ਖੜਾ ਸੀ ਦੋਵੇਂ ਘਰ ਦੇ ਬਰਾਂਡੇ 'ਚ ਹੀ ਬੈਠ ਗਏ ਰੁਲੀਆ ਸਿੰਘ ਦੇ ਖਿਜੇ ਜਿਹੇ ਚਿਹਰੇ ਵੱਲ ਤਾੜਦੇ ਆਂ ਵੀਰ ਸਿੰਘ ਨੇ ਪੁੱਛਿਆ ਸਭ ਠੀਕ ਤਾਂ ਹੈ ਹਾਂ ਹਾਂ ਸਭ ਠੀਕ ਹੈ ਚਿਹਰੇ ਉੱਪਰ ਉਪਰੀ ਜੀ ਮੁਸਕਾਨ ਲਿਆ ਕੇ ਰੁਲੀਆ ਸਿੰਘ ਬੋਲਿਆ ਤੇਰੀ ਵਿਦਾਇਗੀ ਦੀ ਪਾਰਟੀ ਵੇਲੇ ਤਾਂ ਮੇਰੇ ਕੋਲੋਂ ਆਇਆ ਨਹੀਂ ਗਿਆ ਸੀ ਉਸ ਦਿਨ ਚੰਡੀਗੜ੍ਹ ਆਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਰੈਲੀ ਕ੍ਰਾਂਤੀਪਾਲ ਨੂੰ ਮੈਂ ਕਿਹਾ ਸੀ ਪਰ ਉਹ ਮੰਨਿਆ ਹੀ ਨਾ ਠੱਕੇ ਨਾਲ ਹੀ ਲੈ ਗਿਆ ਚੰਡੀਗੜ੍ਹ ਵੀਰ ਸਿੰਘ ਨੇ ਨਾ ਆ ਸਕਣ ਦੀ ਸਫਾਈ ਦਿੱਤੀ ਵਿਦਾਇਗੀ ਪਾਰਟੀ ਬਸ ਕਾਰਵਾਈ ਪੈ ਗਈ ਤੈਨੂੰ ਪਤਾ ਹੀ ਹੈ ਵੀਰ ਸਿੰਘ ਆਪਣੀ ਪੜ੍ਹੀ ਲਿਖੀ ਮਾਸਟਰ ਕਾਮ ਕੁਝ ਵਧੇਰੇ ਤਸਬੀ ਹੁੰਦੀ ਹੈ ਸਟਾਫ 'ਚਈ ਕਈ ਗਰੁੱਪ ਬਣੇ ਹੁੰਦੇ ਨੇ ਕੋਈ ਪਾਰਟੀ ਕਰਨੀ ਚਾਹੁੰਦਾ ਹੈ ਦੂਜਾ ਪਾਰਟੀ ਦਾ ਬਾਈਕਾਟ ਕਰਨਾ ਚਾਹੁੰਦਾ ਸੁਣ ਕੇ ਹੱਸਿਆ ਸੀ ਵੀਰ ਸਿੰਘ ਫਿਰ ਕਿਹਾ ਸੀ ਜੇ ਕਿਤੇ ਰੱਬ ਬੰਦੇ ਨੂੰ ਇਹ ਸਰਾਪ ਦੇ ਦਿੰਦਾ ਵੀ ਜਿਹੜਾ ਕੁਝ ਤੇਰੇ ਅੰਦਰ ਹੋ ਉਹੀ ਤੇਰੇ ਚਿਹਰੇ ਉੱਪਰ ਦਿਸੂ ਤਾਂ ਸਾਰੀ ਦੁਨੀਆ ਇੱਕ ਦੂਸਰੇ ਦੀ ਦੁਸ਼ਮਣ ਹੁੰਦੀ ਚਲ ਛੱਡੇ ਗੱਲਾਂ ਤੂੰ ਅੱਜ ਬੜਾ ਢਿੱਲਾ ਜਿਹਾ ਦਿਸਦਾ ਹੈ। ਨਹੀਂ ਨਹੀਂ ਢਿੱਲਾ ਕਾਹਨੂੰ ਹੋਣਾ ਹੈ। ਐਵੇਂ ਲੱਗਦਾ ਤੈਨੂੰ। ਘਰ 'ਚ ਹੁਣ ਵਿਹਲਾ ਹੈ। ਰੁਜੇਵਾਂ ਕੋਈ ਹੈ ਨਹੀਂ। ਦਿਹਾੜੀ ਕੱਢਣੀ ਕਿਹੜਾ ਸੌਖੀ ਹੈ ਤੂੰ ਦੱਸ ਕਿਵੇਂ ਦਰਸ਼ਨ ਦਿੱਤੇ। ਮੈਂ ਤਾਂ ਯਾਰ ਤੇਰੇ ਕੋਲ ਇੱਕ ਸਮੱਸਿਆ ਲੈ ਕੇ ਆਇਆ ਹਾਂ। ਵੀਰ ਸਿੰਘ ਬੋਲੇ। ਫੰਡਾਂ ਦੀ ਵਾਪਸੀ ਦਾ ਕੇਸ ਨਹੀਂ ਤਿਆਰ ਹੁੰਦਾ। ਨਹੀਂ ਯਾਰ ਉਹ ਤਾਂ ਤੈਨੂੰ ਪਤਾ ਹੈ। 50 ਜਣਿਆਂ ਦੇ ਕੇਸ ਤਾਂ ਮੈਂ ਹੀ ਤਿਆਰ ਕਰਕੇ ਪਾਸ ਕਰਵਾਏ ਹੋਣਗੇ। ਮੈਂ ਤੇਰੇ ਨਾਲ ਇੱਕ ਹੋਰ ਗੱਲ ਸਾਂਝੀ ਕਰਨ ਆਇਆ। ਆਕੇ ਵੀਰ ਸਿੰਘ ਚੁੱਪ ਹੋ ਗਿਆ ਕੁਝ ਪਲ ਜਦ ਰੁਲੀਆ ਸਿੰਘ ਨੇ ਕੋਈ ਖਾਸਾ ਪ੍ਰਤੀਕਰਮ ਨਾ ਵਿਖਾਇਆ ਤਾਂ ਉਹਨੇ ਆਪਣੀ ਗੱਲ ਅੱਗੇ ਤੋਰੀ ਰੁਲੀਆ ਸਿੰਘ ਮੇਰਾ ਇੱਕ ਬਚਪਨ ਦਾ ਯਾਰ ਹੈ ਜੈਪਾਲ ਸਾਡਾ ਖਾਣ ਪੀਣ ਸਾਂਝਾ ਹੈ ਉਹਦੀ ਲੜਕੀ ਨੇ ਤਾਂ ਕਮਾਲ ਕਰਤੀ ਆਇਲਸ ਚ ਹਰ ਸਬਜੈਕਟ ਜੋ 7 ਬੈਂਡ ਲੈ ਕੇ ਪਾਸ ਕੀਤੀ ਉਹਨੂੰ ਕੈਨੇਡਾ ਕਿਵੇਂ ਭੇਜੇ ਇੰਨੀ ਜੋਗਾਤ ਉਹ ਹੈ ਨਹੀਂ ਕੈਨੇਡਾ ਦੇ ਕਾਲਜਾਂ ਦੀ ਫੀਸ ਕਿਹੜਾ ਘਟ ਹੈ ਲੱਖਾਂ ਦਾ ਖਰਚ ਹੈ ਮੂੰ ਤਾਂ ਡਰਾਈਵਰੀ ਵੀ ਜਾਣਦਾ ਮੰਡੀ ਚ ਆੜਤੀਏ ਨੇ ਜਦੋਂ ਵੀ ਕਿਧਰੇ ਬਾਹਰ ਜਾਣ ਉਸੇ ਨੂੰ ਲੈ ਕੇ ਜਾਂਦੇ ਆਂ। ਵਿਹਲਾ ਹੋਵੇ ਤਾਂ ਦਿਹਾੜੀ ਵੀ ਕਰ ਲੈਂਦਾ। ਆਪਾਂ ਉਹਨੂੰ ਕੋਈ ਮੁੰਡਾ ਲੱਭ ਕੇ ਦੇਗੇ। ਕੁੜੀ ਦਾ ਵੀਜ਼ਾ ਤਾਂ ਪੱਕਾ ਲੱਗਣਾ ਹੀ ਐ। ਨਾਲ ਸਪਾਊਸ ਦਾ ਵੀ ਲੱਗੂ। ਕੁੜੀ ਦੇ ਨਾਲ ਮੁੰਡਾ ਵੀ ਕੈਨੇਡਾ ਵੜਦਾ ਹੋਜੂ। ਫਿਰ ਤੈਨੂੰ ਪਤਾ ਹੀ ਐ। ਪਹਿਲਾਂ ਪੀਆਰ ਤੇ ਫਿਰ ਹੌਲੀ-ਖੌਲੀ ਕੁੜੀ ਦੇ ਕੁੜੀ ਦੇ ਮੁੰਡੇ ਤੇ ਮਾਂ-ਬਾਪ ਵੀ ਕੈਨੇਡਾ। ਕੁੜੀ ਕਿਹਨਾਂ ਦੀ ਐ? ਮੇਰਾ ਮਤਲਬ ਐ ਕਿਹੜੀ ਜਾਤ ਬਰਾਦਰੀ ਚੋਂ ਐ। ਰੁਲਿਆ ਸਿੰਘ ਦੇ ਬੋਲਾਂ 'ਚ ਸਵਾਰ ਕੁਝ ਕਰਾਰ ਸੀ। ਕੁੜੀ ਰਵਿਦਾਸੀਆਂ ਦੀ ਐ ਮੈਂ ਵੇਖੀ ਹੋਈ ਐ ਨੈਣ ਨਕਸ਼ ਤੇ ਕੋਈ ਕਾਨ ਨਹੀਂ ਸੁਨੱਖੀ ਐ ਸਿਆਣੀ ਤੇ ਸੌ ਵੀ ਐ ਬਸ ਗਰੀਬੀ ਵਾਲਾ ਕਾਨ ਜ਼ਰੂਰ ਐ ਸੁਣ ਕੇ ਰੁਲਿਆ ਸਿੰਘ ਨੂੰ ਝਟਕਾ ਲੱਗਾ ਸੀ ਮਲਵੀ ਜੀ ਜੀਵ ਨਾਲ ਬੋਲੇ ਠੀਕ ਐ ਮੈਂ ਆਪਣੀ ਜਾਣ ਪਛਾਣ ਚ ਕਰੂੰ ਪਤਾ ਪਿੰਡ ਵੀ ਸੁਨੇਹਾ ਭੇਜੂੰ ਜਦੋਂ ਕਹੇ ਮੈਂ ਕੁੜੀ ਕਿਸੇ ਬਹਾਨੇ ਤੇਰੀ ਨਿਗਾਹ ਚੁੱਕਾ ਦਵਾਂ ਅਗਲੇ ਕੋਲ ਗੱਲ ਕਰਨੀ ਪੈਂਦੀ ਐ ਪੁੱਛ ਹੀ ਲੈਂਦਾ ਅਗਲਾ ਕੁੜੀ ਕਿਹੋ ਜੀ ਐ ਮੈਂ ਰਾਮਸਰੂਪ ਤਿਵਾੜੀ ਤੇ ਕ੍ਰਾਂਤੀਪਾਲ ਨਾਲ ਵੀ ਗੱਲ ਕਰਨੀ ਹੈ ਆਕੇ ਵੀਰ ਸਿੰਘ ਉੱਠ ਖੜਾ ਸੀ ਕਿ ਚਾਹ ਨਹੀਂ ਪੀਣੀ ਨਹੀਂ ਰਾਮਸਰੂਪ ਕੋਲ ਜਾਊਂਗਾ ਹੁਣ ਉਹ ਕੰਮ ਵੀ ਮੈਰਿਜ ਬਿਊਰੋ ਦਾ ਕਰਦਾ ਹੈ ਤੈਨੂੰ ਪਤਾ ਉਹਨੇ ਕਿੰਨੇ ਮਾਸਟਰ ਮਾਸਟਰਨੀਆਂ ਦੇ ਘਰ ਵਸਾਏ ਐ ਪਿੱਠ ਪਿੱਛੇ ਤਾਂ ਸਾਰਿਆਂ ਨੂੰ ਰਾਮ ਸਾਪੀ ਕਹਿੰਦੇ ਆ ਸਾਖ ਸਿਰੇ ਚੜ੍ਹਨ ਤੱਕ ਦੋਹਾਂ ਧਿਰਾਂ ਨੂੰ ਇਹੋ ਜੇ ਨਾਗਵਾਲ ਪਾਉਂਦਾ ਮਜਾ ਲਾਏ ਉਹਦੇ ਜਾਲ ਚੋਂ ਨਿਕਲ ਜੇ ਕੋਈ ਤੂੰ ਨਿਗ੍ਹਾ ਰੱਖੀ ਆਪਣੇ ਆਸ-ਪਾਸ ਕੋਈ ਲੋੜਵੰਦ ਹੋਵੇ ਮੈਂ ਵੀ ਕੋਸ਼ਿਸ਼ ਕਰਦਾ ਗਰੀਬ ਦਾ ਭਲਾ ਹੋ ਜਾਈ ਚੰਗਾ ਤੇ ਵੀਰ ਸਿੰਘ ਤੁਰ ਗਿਆ ਸੀ ਬਾਹਰਲੇ ਬੂਏ ਤੱਕ ਰੁਲਿਆ ਸਿੰਘ ਵੀਰ ਸਿੰਘ ਦੇ ਮਗਰ ਮਗਰ ਗਿਆ ਸੀ ਤੇ ਫਿਰ ਮੁੜ ਕੇ ਆ ਕੇ ਬਰਾਡੇ 'ਚੀ ਕੁਰਸੀ ਤੇ ਬੈਠ ਗਿਆ ਸੋਚਣ ਲੱਗਾ ਅੰਦਰ ਗਿਆ ਤਾਂ ਫਿਰ ਮਾਂ ਪੁੱਤ ਨੇ ਮੇਰੇ ਦਿਵਾਲੇ ਹੋ ਜਾਣਾ ਮੇਰੇ ਵੱਸ ਹੋਵੇ ਤਾਂ ਚਾਰ ਛਿੱਤਰ ਮਾਰ ਕੇ ਪਿੰਡ ਦੇ ਰਾਹ ਤੋੜ ਲਵਾਂ ਪਰ ਉਹਦੀ ਮਾਂ ਦਾ ਕੀ ਹੱਲ ਕਰਾਂ ਇਹਨੇ ਚ ਦਲੀਪ ਕੌਰ ਬਾਹਰ ਆਈ ਤੇ ਰੁਲਿਆ ਸਿੰਘ ਨੂੰ ਕੱਲਾ ਬੈਠ ਬੈਠਾ ਵੇਖ ਕੇ ਹੈਰਾਨ ਹੋਈ ਤੁਸੀਂ ਇੱਥੇ ਬੈਠੇ ਆ ਅੰਦਰ ਸਨੀ ਡੀਕੀ ਜਾਂਦਾ ਉਹਨੂੰ ਰਾਹ ਪਾਓ ਕਿਸੇ ਕਿਹੜੇ ਰਾਹ ਪਾਵਾਂ ਰੂਲੀਆ ਸਿੰਘ ਨੇ ਜਿਵੇਂ ਆਪਣੇ ਆਪ ਨੂੰ ਹੀ ਪੁੱਛਿਆ ਆਇਆ ਕੌਣ ਸੀ ਵੀਰ ਸਿੰਘ ਹੁਣੇ ਗਿਆ ਰਮਾਸਟਰ ਆਹੋ ਉਹ ਹੀ ਸੀ ਤਿੱਖੜ ਦੁਪਹਿਰੇ ਕੋਈ ਵੇਲਾ ਹੁੰਦਾ ਓ ਮਾਸਟਰੀ ਸਹਿਬਾ ਕਦੋਂ ਵੀ ਆ ਸਕਦਾ ਬੰਦਾ ਉਹਦੇ ਜਾਣ ਪਛਾਣ ਵਾਲੇ ਦੀ ਇੱਕ ਕੁੜੀ ਐ ਸੱਤ ਬੈਂਡ ਲਈ ਬੈਠੀ ਐ ਮੁੰਡਾ ਭਾਲ ਦੇ ਫਿਰਦੇ ਐ ਕੈਨੇਡਾ ਜਾਣ ਵਾਲਾ ਕੋਈ ਕੁੜੀ ਦੀ ਫੀਸ ਭਰਨ ਨੂੰ ਪੈਸੇ ਹੈ ਨਹੀਂ ਜਾਣੀ ਮੁੰਡਾ ਭਾਲਦੇ ਐ ਜਿਹੜਾ ਕੁੜੀ ਖਰੀਦ ਲਈ ਫਿਰ ਉਸ ਬੋਡੀ ਦੇ ਸਹਾਰੇ ਆਪ ਵੀ ਕੈਨੇਡਾ ਵਾਲੇ ਜਹਾਜ਼ 'ਚ ਚੜ੍ਹ ਜੇ ਰੁਲੀਆ ਸਿੰਘ ਦੇ ਬੋਲਾਂ 'ਚ ਕੁਝ-ਕੁਝ ਤੰਜ਼ਦਾਰ ਅਲਾ ਸੀ ਲੈ ਆਪਣਾ ਸਣੀ ਹੈਗਾ ਪੈਸੇ ਵੀ ਖਰਚ ਦੇਾਂਗੇ ਆਪਾਂ ਕੈਨੇਡਾ ਕੈਨੇਡਾ ਤਾਂ ਉਹ ਕਰ ਹੀ ਜਾਂਦਾ ਹੈ ਗੱਲ ਕਰਦਿਆਂ ਦਲੀਪਕੌਰ ਦੇ ਚਿਹਰੇ ਤੇ ਰੌਣਕ ਆ ਗਏ ਓ ਮੈਡਮ ਜੀ ਪਹਿਲਾਂ ਸਾਰੀ ਗੱਲ ਸੁਣ ਲਿਆ ਕਰ ਰਵੀਦਾਸੀਆਂ ਦੀ ਕੁੜੀ ਐ ਹੁਣ ਇੰਨਾ ਹੀ ਠਾਂ ਡਿੱਗ ਪਿਆ ਆਪਾਂ ਦਲੀਪਕੌਰ ਦਾ ਸਾਰਾ ਜੋਸ਼ ਇੱਕਦਮ ਠੰਡਾ ਪੈ ਗਿਆ। ਮੂੰਹ ਦਾ ਸਵਾਦ ਕਸੈਲਾ ਜਿਹਾ ਹੋ ਗਿਆ। ਬੋਲੀ ਫਿਰ ਹੈਡਮਾਸਟਰ ਇੱਥੇ ਕੀ ਲੈਣਾ ਆਇਆ ਸੀ? ਉਹ ਕਿਹੜਾ ਆਪਣੇ ਮੁੰਡੇ ਬਾਰੇ ਸੋਚ ਕੇ ਆਇਆ ਸੀ? ਉਹਨੂੰ ਪਤਾ ਹੈ ਮੋਰੀ ਦੀ ਟੀਚ ਬਾਰੇ ਨੂੰ ਕਿਵੇਂ ਲੱਜੂ। ਉਹ ਤਾਂ ਥਾਂ-ਥਾਂ ਕਹਿੰਦਾ ਫਿਰਦਾ ਹੈ ਚਲੋ ਗਰੀਬ ਦਾ ਭਲਾ ਹੋਜੂ। ਰੁਲੀਆ ਸਿੰਘ ਨੂੰ ਯਾਦ ਹੈ ਜਦੋਂ ਦੋਵੇਂ ਵਾਰਾਂਡੇ 'ਚ ਬੈਠੇ ਸੀ, ਸਣੀ ਅੰਦਰੋਂ ਨਿਕਲਿਆ ਸੀ। ਮੋਟਰਸਾਈਕਲ ਚੁੱਕ ਕੇ ਅੰਦਰੋਂ ਇੰਕੇ ਕੁਮਾਰੀ ਘਰੋਂ ਨਿਕਲ ਗਿਆ ਸੀ। ਉਸ ਚੈਨੀ ਵੀ ਹਿੰਮਤ ਨਹੀਂ ਸੀ ਉਹ ਜਾਂਦੇ ਸਨੀ ਨੂੰ ਪੁੱਛ ਸਕੇ ਕਿੱਧਰ ਚਲੇ ਆ। ਉਲਟਾ ਨੀਵੀਂ ਪੈ ਗਈ ਸੀ। ਕੱਲਾ ਪੁੱਤ ਐ ਕਿੱਧਰ ਜਾਏਗੀ। ਅੱਜ ਕੱਲ ਛਿੜਕਤਾ ਬੱਚੇ ਮੰਨਦੇ ਹੀ ਨਹੀਂ। ਸਨੀ ਨੂੰ ਤਾਂ ਕੁਝ ਵਧੀਰੀ ਵਗਾੜਿਆ ਹੋਇਆ। ਉਹਦੀ ਮਾਂ ਨੇ ਹੁਣ ਜਿੱਦ ਫੜੀ ਬੈਠਾ ਅੱਗੇ ਵੀ ਪੜਨਾ ਨਹੀਂ। ਆਲਸਾ ਇਮਤਿਹਾਨ ਵੀ ਦੁਬਾਰਾ ਨਹੀਂ ਦੇਣਾ ਤੇ ਕੈਨੇਡਾ ਵੀ ਜ਼ਰੂਰ ਜਾਣਾ। ਲੱਗਦਾ ਇਹ ਜੂਆ ਵੀ ਖੇਡਣਾ ਹੀ ਪੈਣਾ। ਹੁਣ ਦੱਸ ਕੇ ਵੀ ਨਹੀਂ ਗਿਆ ਕਿੱਥੇ ਚੱਲਿਆ। ਇੰਨੀ ਵੀ ਅਕਲ ਹੈ ਨਹੀਂ ਮੁੰਡਿਆਂ 'ਚ ਮਾਪੇ ਕੀ ਸੋਚਦੇ ਹੋਣਗੇ ਜਦੋਂ ਘਰੇ ਆਉਂਦੇ ਆ ਅੰਦਰੋਂ ਹੀ ਨਿਕਲਦਾ ਸੱਦੇ ਬਿਨਾ ਬਾਹਰ ਹੀ ਨਹੀਂ ਆਉਂਦਾ ਕਿਤੇ ਗਲਤ ਮੁੰਡਿਆਂ ਦੇ ਹੱਥੀ ਨਾ ਚੜਿਆ ਹੋਵੇ ਮੈਨੂੰ ਤਾਂ ਲੱਗਦਾ ਮਾਂ ਦੇ ਲਾਡ ਪਿਆਰ ਨੇ ਮੁੰਡਾ ਹੱਥੋਂ ਘਵਾ ਲੈਣਾ ਹੈ ਦਲੀਪ ਕੌਰ ਇੱਕ ਟੱਕ ਰੁਲੀਆ ਸਿੰਘ ਵੱਲ ਵੇਖ ਰਹੀ ਸੀ ਜਿਵੇਂ ਉਹਦੇ ਅੰਦਰਲੇ ਭਾਵਾਂ ਨੂੰ ਪੜ ਰਹੀ ਹੋਵੇ ਬੋਲੀ ਲੈ ਇੰਨਾ ਵੀ ਨਹੀਂ ਜਾਂਦਾ ਦੱਸ ਜਾਵਾਂ ਕਿੱਥੇ ਚੱਲੇ ਆ ਅੱਗੇ ਭਲਾ ਉਹ ਕਦੇ ਦੱਸਦਾ ਹੁੰਦਾ ਰੁਲੀਆ ਸਿੰਘ ਨੂੰ ਦੇ ਸੁਭਾਅ ਦੀ ਜਾਣਕਾਰੀ ਸੀ ਹਰ ਬੰਦੇ ਵਾਂਗ ਰੁਲੀਆ ਸਿੰਘ ਦੇ ਵੀ ਦੋ ਆਪੇ ਸਨ ਇੱਕ ਸਣੀ ਦੀ ਹਰ ਖੁਸ਼ੀ ਲੋੜਦਾ ਸੀ ਉਹਦੀ ਹਰ ਖਾਹੇ ਪੂਰੀ ਕਰਾਂ ਉਸ ਲਈ ਭਾਵੇਂ ਮੈਨੂੰ ਆਪਣੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਿਉਂ ਨਾ ਕਰਨੀਆਂ ਭੈਣ ਤੇ ਦੂਸਰਾ ਆਪਾ ਸੋਚਦਾ ਸੀ ਜਦੋਂ ਆਉਂਦਾ ਘਰੇ ਡੰਡਾ ਫੜ ਲਾਂ ਮਾਰ ਮਾਰ ਮੋਰ ਸੇਕਦੇ ਆਂ ਕਸਾਈ ਦੇ ਬੱਕਰੇ ਵਾਂਗੂ ਨੂੜ ਲਵਾਂ ਤੇ ਤੱਕਲੇ ਵਾਂਗੂ ਸਿੱਧਾ ਕਰਦੇ ਆਂ ਗਲੀ ਚ ਆਉਂਦੀ ਸਬਜ਼ੀ ਵਾਲੇ ਭਾਈਏ ਦੀ ਠਿੱਖੀ ਆਵਾਜ਼ ਨੇ ਰੁਲਿਆ ਸਿੰਘ ਦੀ ਸੁਰਤੀ ਭੰਗ ਕਰਤੀ ਆਲੂ ਲਾਓ ਗੋਭੀ ਲਾਓ ਬੈਂਗਣੀ ਲਾਓ ਮੂਲੀਆਂ ਲਾਓ ਛਲਗਮ ਲਾਓ ਗਾਜਰਾ ਲਾਓ ਮਟਰ ਲਾਓ ਪੇਟਾ ਲਾਓ ਕਦੂ ਲਾਓ ਉਹਨੂੰ ਯਾਦ ਆਇਆ ਇੱਕ ਦਿਨ ਇਹੋ ਜਿਹੇ ਭਈਏ ਨੂੰ ਹੀ ਉਹਨੇ ਪੁੱਛਿਆ ਸੀ ਕਿਤਨਾ ਕਮਾ ਲੇਤਾ ਹੈ ਰੋਜ਼ 4-500 ਤੋਂ ਬਚੇ ਜਾਂਦਾ ਹੈਗਾ ਸਰਦਾਰ ਜੀ ਭਈਏ ਨੇ ਲਾਪਰਵਾਹੀ ਨਾਲ ਕਿਹਾ ਸੀ ਮਾਸਟਰ ਜੀ ਮਹੀਨੇ ਦਾ ਹਿਸਾਬ ਲਾਇਆ 14-15000 ਤੱਕ ਕਮਾਈ ਲੈਂਦਾ ਹੁਣਾ 8-9000 ਘਰ ਵੀ ਭੇਜਦਾ ਹੁਣ ਇੱਕੋ ਬੈਠਕ ਚ 4-5 ਭਈਏ ਰਹਿੰਦੇ ਨੇ ਖਾਣਾ ਵੀ ਕੀ ਹੈ ਇੱਕ ਭਈਏ ਨੇ ਹਸਦਿਆਂ ਦੱਸਿਆ ਸੀ ਅਰੇ ਸਰਦਾਰ ਹਮਰਾ ਖਾਣਾ ਬਹੁਤ ਬੜੀਆ ਦੁਪਾਰ ਮਾ ਚਾਵਲ ਤੇ ਲੂਣ ਰਾਤ ਮਾ ਲੂਣ ਤੇ ਚਾਵਲ ਹੋ ਗਿਆ ਖਾਣਾ ਇੱਕ ਹੋਰ ਆਲੂ ਛੋਲੇ ਪਟੂਰੇ ਦੀ ਰੇੜੀ ਲਾਉਂਦੇ ਭਈਏ ਨੇ ਦੱਸਿਆ ਸੀ ਇਧਰ ਪੰਜਾਬ ਚੋ 4-5 ਮਹੀਨੇ ਕੰਮ ਕਰਦਾ ਫਿਰ ਜਾ ਕੇ ਪਟਨਾ ਮੇ ਕੋਚਿੰਗ ਲੈਂਦਾ ਹੈ ਆਈਐਸ ਦੀ ਤਿਆਰੀ ਕਰਦਾ ਹੈ ਕਰ ਲਏਗਾ ਰੁਲੀਆ ਸਿੰਘ ਨੇ ਪੁੱਛਿਆ ਸੀ ਕਿਉਂ ਨਹੀਂ ਕਰੂੰਗਾ ਇੱਕ ਵਾਰ ਨਹੀਂ ਦੂਸਰੀ ਵਾਰ ਦੂਸਰੀ ਵਾਰ ਨਹੀਂ ਤੀਸਰੀ ਵਾਰ ਚੌਥੀ ਵਾਰ ਬਹੁਤ ਮੌਕੇ ਹੈਗੇ ਆ ਜੀ ਆਈਐਸ ਤੋਂ ਬਣਨਾ ਹੀ ਬਣਨਾ ਹੈ ਪਈਏ ਦਾ ਸੰਕਲਪ ਵੇਖ ਕੇ ਰੁਲੀਆ ਸਿੰਘ ਨੂੰ ਹੈਰਾਨੀ ਭਰੀ ਖੁਸ਼ੀ ਤਾਂ ਹੋਈ ਨਾਲ ਦੁੱਖ ਵੀ ਹੋਇਆ ਸਾਡੇ ਮੁੰਡਿਆਂ 'ਚ ਇਹ ਭਾਵਨਾ ਕਿਉਂ ਨਹੀਂ ਇਸ ਸੰਘਰਸ਼ ਤੋਂ ਭੱਜਦੇ ਕਿਉਂ ਨਹੀਂ ਪੰਜਾਬ 'ਚ ਲੇਬਰ ਦਾ ਹਰ ਕੰਮ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੇ ਸੰਭਲਿਆ ਹੈ ਰਿਕਸ਼ੇ ਇਹ ਚਲਾਉਂਦੇ ਨੇ ਪੇਂਟਰ ਲੱਭਣ ਜਾਓ ਪਈਏ ਪੱਥਰ ਲਾਉਣ ਵਾਲੇ ਪਈਏ ਮਿਸਤਰੀ ਪਈਏ ਸਾਡੀ ਲੇਬਰ ਤਾਂ ਕਿਧਰੇ ਲੱਭਦੀ ਨਹੀਂ ਇਹਨਾਂ ਨੇ ਤਾਂ ਪੰਜਾਬ ਨੂੰ ਹੀ ਕੈਨੇਡਾ ਸਮਝਿਆ ਪਿਆ ਪਿੰਡ ਵਾਲਾ ਸੰਧੂ ਕੈਨੇਡਾ ਤੋਂ ਆਇਆ ਦੱਸਦਾ ਸੀ ਆ ਜਿਹੜੇ ਹੁਣ ਆਪਣੇ ਮੁੰਡੇ ਉੱਥੇ ਪੜ੍ਹਨ ਜਾਂਦੇ ਨੇ ਆਇਲਸ ਕਰਕੇ ਇਹ ਪੜ੍ਹਨ ਥੋੜਾ ਹੀ ਜਾਂਦੇ ਆ ਉੱਥੇ ਵਰਕ ਪਰਮਿਟ ਲੈ ਕੇ ਕੰਮ ਕਰਦੇ ਨੇ ਫਿਰ ਪੀਆਰ ਲਈ ਦਰਖਾਸਤਾਂ ਦਿੰਦੇ ਨੇ ਇੱਕ ਬੇਸਮੈਂਟ ਚ 8-10 ਜਣੇ ਇਕੱਠੇ ਰਹਿੰਦੇ ਨੇ ਕੈਨੇਡਾ ਦਾ ਰਹਿਣ ਸਹਿਣ ਹੋਰ ਹੈ ਪਰ ਇਹਨਾਂ ਮੁੰਡਿਆਂ ਨੇ ਉੱਥੇ ਪੂਰਾ ਗੰਦ ਪਾਇਆ ਹੋਇਆ ਹੈ ਫ੍ਰਿਜਾਂ ਖਰਾਬ, ਬਾਥਰੂਮਾਂ ਦੇ ਸ਼ਾਵਰ ਖਰਾਬ, ਡੋਰਾਂ ਖਰਾਬ। ਬਹੁਤੇ ਮਕਾਨ ਮਾਲਕ ਤਾਂ ਬੇਸਮੈਂਟਾਂ ਕਿਰਾਏ ਤੇ ਦੇ ਕੇ ਪਛਤਾਉਂਦੇ ਐ। ਪੰਜਾਬੀ ਮੁੰਡਿਆਂ ਨੂੰ ਤਾਂ ਹੁਣ ਬੇਸਮੈਂਟਾਂ ਦਿੰਦੇ ਹੀ ਨਹੀਂ। ਫਿਰ ਹੁਣ ਕੰਮ ਵੀ ਸਾਰਿਆਂ ਨੂੰ ਮਿਲਦਾ ਨਹੀਂ। ਉੱਥੋਂ ਦੇ ਕਲਚਰ ਨੂੰ ਸਮਝਦੇ ਨਹੀਂ। ਉੱਥੋਂ ਦੇ ਮੂਲ ਵਾਸੀ ਹੁਣ ਇਹਨਾਂ ਮੁੰਡਿਆਂ ਨੂੰ ਨਫ਼ਰਤ ਕਰਨ ਲੱਗੇ ਐ। ਉਹ ਸਮਝਦੇ ਐ ਇਹਨਾਂ ਨੇ ਸਾਡੇ ਜੌਬ ਖੋਏ ਨੇ। ਇਹ ਘੱਟ ਡਾਲਰਾਂ ਤੇ ਜੌਬ ਕਰਨ ਨੂੰ ਤਿਆਰ ਹੋ ਜਾਂਦੇ ਨੇ। ਉਥੇ ਵੀ ਆਪਸ ਚ ਲੜਾਈਆਂ ਝਗੜੇ ਕਰਦੇ ਨੇ ਬਦਨਾਮੀ ਹੁੰਦੀ ਹੈ ਪੰਜਾਬੀਆਂ ਦੀ ਸੰਧੂ ਦੀਆਂ ਗੱਲਾਂ ਯਾਦ ਕਰਦਾ ਰੁਲੀਆ ਸਿੰਘ ਸੋਚੀ ਪਿਆ ਹੋਇਆ ਉਥੇ ਇਹ ਹਾਲਾਤ ਹੈ ਦਰਸਨੀ ਕੈਨੇਡਾ ਜਾਣ ਦੀ ਜ਼ਿੱਦ ਖੜੀ ਬੈਠਾ ਹੈ ਜੇ ਭਈਏ ਪੰਜਾਬ ਆ ਕੇ ਕਾਮਯਾਬ ਹੋ ਸਕਦੇ ਨੇ ਤਾਂ ਸਾਡੇ ਮੁੰਡੇ ਕਿਉਂ ਨਹੀਂ ਹੋ ਸਕਦੇ ਉਹ ਲੋਕ ਕੰਮ ਨੂੰ ਕੰਮ ਸਮਝਦੇ ਐ ਸਾਡੇ ਸੋਚਦੇ ਨੇ ਹੈ ਅਸੀਂ ਜਿਹੜੀ ਲਾਵਾਂਗੇ ਅਸੀਂ ਸਬਜ਼ੀ ਵੇਚਾਂਗੇ ਅਸੀਂ ਢੇੜੀ ਕਰਾਂਗੇ ਤੇ ਭਲੇ ਮਾਨਸੇ ਕੈਨੇਡਾ ਜਾ ਕੇ ਵੀ ਤਾਂ ਇਹੀ ਕੁਝ ਕਰਨਾ ਹੈ ਸਾਰੀਆਂ ਬੀਤੀਆਂ ਗੱਲਾਂ ਸੋਚਦਾ ਆਪਣੇ ਕਮਰੇ 'ਚ ਕੁਝ ਪਰੇਸ਼ਾਨ ਦੇਖਿਆ ਹੋਇਆ ਰੁਲੀਆ ਸਿੰਘ ਬੈਠਾ ਸੀ ਉਹਨੂੰ ਫਿਕਰ ਸੀ ਜੇ ਹੁਣ ਕੁੜੀ ਜਾ ਕੇ ਸਨੀਬਾਰੇ ਪੁੱਛੇ ਤਾਂ ਕੀ ਦੱਸਾਂਗੇ ਉੱਠ ਕੇ ਬਾਹਰ ਆ ਗਿਆ ਦੇਖਿਆ ਦਲੀਪ ਕੌਰ ਬਰਾਂਡੇ ਦੇ ਬਾਹਰ ਤੁਰੀ ਫਿਰਦੀ ਸੀ ਰੁਲੀਆ ਸਿੰਘ ਨੂੰ ਵੇਖ ਕੇ ਬੋਲੀ ਮੈਨੂੰ ਐਂ ਲੱਗਿਆ ਸੀ ਜਿਵੇਂ ਬੂਹਾ ਖੜ ਗਿਆ ਹੋਵੇ ਸਨੀ ਬਲਤਾ ਬਜਾਉਦਾ ਹੀ ਨਹੀਂ ਹੁੰਦਾ ਹੁਣ ਆਇਆ ਤਾਂ ਕੁਝ ਨਾ ਆਖਿਓ ਫਿਰ ਕਿਸੇ ਮੌਕੇ ਸਮਝਾਵਾਂਗੇ ਐ ਤੂੰ ਕਿੰਨਾ ਚਿਹਰੋਂ ਨੂੰ ਡਿੱਕੀ ਜਾਏਂਗੀ ਚਲ ਕੁੜੀ ਕੋਲ ਚੱਲ ਜਾਗਦੀ ਫੀ ਤਾਂ ਪਤਾ ਨਹੀਂ ਕੀ ਸੋਚਦੀ ਹੋ ਇਹਦੇ ਨਾਲ ਤਾਂ ਚੰਗਾ ਸੀ ਆਪਾਂ ਜੈਪਾਲ ਦੀ ਗੱਲ ਮੰਨ ਲੈਂਦੇ ਇਹਨੂੰ ਉਧਰ ਹੀ ਜਾਣ ਦਿੰਦੇ ਕੈਨੇਡਾ ਜਾਣ ਤੱਕ ਤਾਂ ਪਰਦਾ ਬਣਿਆ ਰਹਿੰਦਾ ਦਲੀਪਕੌਰ ਚੁੱਪਚਾਪ ਇਹ ਗੱਲਾਂ ਸੁਣਦੀ ਰਹੀ ਤੇ ਫਿਰ ਦੱਬੇ ਪਿਆਰੀ ਚੁਪਲੇ ਜਿ ਆਪਣੇ ਕਮਰੇ ਚ ਆਈ ਵੇਖਿਆ ਮਨਜੀਤ ਬੈੱਡ ਤੇ ਬੈਠੀ ਸੀ ਦਲੀਪਕੌਰ ਦਾ ਦਿਲ फडਕ ਫੜਕ ਵੱਜਣ ਲੱਗਾ ਅੰਦਰ ਹੂਕ ਜੀ ਉੱਠੀ ਹੁਣ ਕੀ ਕਰਾਂ ਜੇ ਪੁੱਛ ਲਿਆ ਕੀ ਦੱਸਾਂ ਅੰਗ 3 ਮਨਜੀਤ ਨੂੰ ਇੰਨਾ ਕੁ ਤਾਂ ਪਤਾ ਲੱਗ ਗਿਆ ਦੋਵੇਂ ਮਾਸਟਰ ਤੇ ਮਾਸਟਰਨੀ ਪਰੇਸ਼ਾਨ ਹਨ ਤੇ ਸਨੀ ਘਰ 'ਚ ਨਹੀਂ ਦਿਖ ਰਿਹਾ ਨਹੀਂ ਤਾਂ ਜਿਵੇਂ ਉਹਨੇ ਕਾਰ 'ਚ ਹਰਕਤਾਂ ਕੀਤੀਆਂ ਸੀ ਤੇ बार-बार ਡਰਾਇੰਗ ਰੂਮ 'ਚ ਆਉਂਦਾ ਸੀ ਹੁਣ ਤੱਕ ਉਹ ਸਬਰ ਕਰਕੇ ਕਿਵੇਂ ਬੈਠ ਗਿਆ ਉਹਨੇ ਲੱਖਣ ਲਾਇਆ ਉਹ ਘਰ ਨਹੀਂ ਹੈਗਾ ਉਸ ਵੇਲੇ ਸਨੀ ਆਪਣੇ ਦੋਸਤਾਂ ਨਾਲ ਆਪਣੇ ਵਿਆਹ ਦਾ ਜਸ਼ਨ ਮਨਾ ਰਿਹਾ ਸੀ ਸ਼ਰਾਬ ਦੇ ਦੌਰ ਤਾ ਚੱਲਈ ਨਾਲ-ਨਾਲ ਸਿਗਰਟਾਂ ਤੇ ਹੋਰ ਨਸ਼ੇ ਚਟਦੇ ਆ ਸੁੰਘਦੇ ਆ ਉਹਦੇ ਦੋਸਤ ਸੁਹਾਗਰਾਤ ਮਨਾਉਣ ਦੇ ਢੰਗ ਸਮਝਾਉਣ ਲੱਗੇ ਤਾਂ ਸਨੀ ਨੇ ਲੜਖੜਾਉਂਦੀ ਆਵਾਜ਼ ਚ ਕਿਹਾ ਸਾਲੇ ਉਹ ਤੁਹਾਡਾ ਕਿਹੜਾ ਵਿਆਹ ਹੋਇਆ ਐਵੇਂ ਛੁਰਲੀਆਂ ਛੱਡੀ ਜਾਂਦੇ ਆ ਉਹਦੇ ਇੱਕ ਦੋਸਤ ਨੇ ਆਪਣੇ ਮੋਬਾਈਲ ਫੋਨ ਤੇ ਇੱਕ ਵੀਡੀਓ ਔਨ ਕਰਕੇ ਵਿਖਾਈ ਆਹ ਵੇਖ ਸਾਡਾ ਗਾਇੰਦ ਆਹੀ ਆਸਣ ਵਰਤਣੇ ਨੇ ਤੂੰ ਤੇ ਫਿਰ ਸਾਰੇ ਅਸ਼ਲੀਲ ਗੱਲਾਂ ਤੇ ਆਪਣੀਆਂ ਫਰੈਂਡਾਂ ਦੇ ਕਿੱਸਿਆਂ ਨੂੰ ਤੜਕਾ ਲਾ ਲਾ ਕੇ ਸੁਣਾਉਂਦੇ ਰਹੇ ਘਰ ਜਾਣ ਦਾ ਜਿਵੇਂ ਕਿਸੇ ਨੂੰ ਫਿਕਰ ਹੀ ਨਹੀਂ ਸੀ ਰੁਲੀਆ ਸਿੰਘ ਨੇ ਘੜੀ ਵੇਖੀ ਰਾਤ ਦੇ ਪੌਣੇ 11 ਵਜੇ ਸਨ ਹੰਝਪਾਵੇਂ ਅੱਜਕੱਲ ਦੀ ਜੀਵਨ ਸ਼ੈਲੀ 'ਚ ਇਹ ਕੋਈ ਬਹੁਤੀ ਦੇਰ ਨਹੀਂ ਸੀ ਸਮਝਦੀ 11:30 ਵਜੇ ਤੱਕ ਤੱਕ ਕਮਰਿਆਂ 'ਚ ਟੀਵੀ ਚੱਲਦਾ ਰਹਿੰਦਾ ਪਰ ਅੱਜ ਵਦੇਰੇ ਚਿੰਤਾ ਸੀ ਸਨੀ ਦਾ ਅੱਜੀ ਵਿਆਹ ਹੋਇਆ ਸੀ ਨਵੀਂ ਬਹੂ ਘਰ ਸੀ ਤੇ ਸਨੀ ਅਜੇ ਤੱਕ ਘਰ ਨਹੀਂ ਸੀ ਆਇਆ ਰੁਲੀਆ ਸਿੰਘ ਦੇ ਮਨ 'ਚ ਬੁਰੇ-ਬੁਰੇ ਖਿਆਲ ਆ ਰਹੇ ਸਨ ਉਹ ਸਿਰ ਝਟਕਦਾ ਪਰ ਗਿਰਜਾਂ ਵਾਂਗ ਮਡਰਾਉਂਦੇ ਖਿਆਲਾਂ ਦਾ ਕੀ ਕਰੇ ਰੁਲੀਆ ਸਿੰਘ ਨੂੰ ਉਹ ਦਿਨ ਅੱਜ ਤੱਕ ਨਹੀਂ ਭੁੱਲਿਆ ਗਲੀਪ ਕੌਰ ਤੇ ਉਹ ਸਨੀ ਤੇ ਇਉਂ ਮੋਟਰਸਾਈਕਲ ਲੈ ਕੇ ਬਿਨਾਂ ਦੱਸੇ ਬਾਹਰ ਚਲੇ ਜਾਣ ਤੇ ਦੁਖੀ ਹੋਏ ਵਰਾਂਡੇ 'ਚ ਬੈਠੇ ਸਨ ਰੁਲੀਆ ਸਿੰਘ ਨੇ ਸਹਿਜ ਰਹਿੰਦਿਆਂ ਗੱਲ ਕੀਤੀ ਸੀ ਕੈਨੇਡਾ ਕੈਨੇਡਾ ਦਾ ਕਰੀ ਜਾਂਦੇ ਜੇ ਮਿਹਨਤ ਕਰ ਲੈਂਦਾ ਭੋਰਾ ਵਿੱਚ ਲਿਆਕਤ ਹੁੰਦੀ ਛੇ ਬੈਣ ਨਾ ਲੈ ਜਾਂਦਾ ਹੁਣ ਉਹਨੂੰ ਤਾਂ ਮੈਂ ਇਹਦੀ ਫਾਈਲ ਲਗਾ ਕੇ ਵੀਜਲ ਆਇਆ ਹੁਣ ਵੀਜ਼ਾ ਲਗਾਇਆ ਹੁਣਾਂ ਸੀ ਪਰ ਜਿਹੜੇ ਪੰਜਾਬ 'ਚ ਬੁੱਧੂ ਉਹ ਕੈਨੇਡਾ 'ਚ ਵੀ ਬੁੱਧੂ ਇਹ ਗੱਲ ਤਾਂ ਲਾਹੌਰ ਬਾਰੇ ਵੀ ਆਖਦੇ ਹੁੰਦੇ ਨੇ ਉਮੀਦ ਆ ਪੰਜਾਬ ਚ ਹੀ ਐ ਪਰ ਮੇਰਾ ਸੋਨਿਆ ਇੰਨਾ ਵੀ ਨਹੀਂ ਬੁੱਧੂ ਜਿੰਨਾ ਤੁਸੀਂ ਬਣਾਈ ਜਾਂਦੇ ਆ ਕੈਨੇਡਾ ਜਾ ਕੇ ਬਥੇਰਾ ਸਿਆਣਾ ਹੋ ਜੂ ਮੇਰੇ ਸਕੂਲ ਚ ਇੱਕ ਟੀਚਰ ਐ ਉਹਦੀ ਕੁੜੀ ਪਿਛਲੇ ਸਾਲ ਗਈ ਸੀ ਕੈਨੇਡਾ ਪੜ੍ਹਾਈ ਵੇਸ ਤੇ ਉਸ ਨਾਲ ਕਰੂੰਗੀ ਗੱਲ ਉਹ ਦੱਸਦੀ ਸੀ ਕੁੜੀ ਨੇ ਅਗਲੇ ਸੈਮੈਸਟਰ ਦੀ ਫੀਸ ਜੋਗੇ ਡਾਲਰ ਵੀ ਜਮ੍ਹਾਂ ਕਰ ਲੈ ਤੇ ਜੇ ਆਪਾਂ ਅਖਬਾਰ ਚ ਇਸ਼ਤਿਹਾਰ ਦੇ ਦਈਏ ਕਿ ਘੱਟੋ ਘੱਟ 6 ਜਾਂ 6.5 ਬੈਂਡ ਵਾਲੀ ਕੁੜੀ ਚਾਹੀਦੀ ਐ ਉਹਦੀ ਕੈਨੇਡਾ ਦੀ ਪੜ੍ਹਾਈ ਦਾ ਸਾਰਾ ਖਰਚਾ ਅਸੀਂ ਚੁੱਕਾਂਗੇ ਰੁਲੀਆ ਸਿੰਘ ਦਲੀਪ ਕੌਰ ਵੱਲ ਚੱਕਿਆ ਕੀ ਹੋਇਆ ਮੇਰੀ ਰਾਏ ਚੰਗੀ ਨਹੀਂ ਲੱਗੀ ਤੇਰੀ ਰਾਏ ਦਾ ਮਤਲਬ ਤਾਂ ਇਹ ਇਹ ਹੈ ਭਈ ਮੁੱਲ ਲੈ ਬੈਂਡਾਂ ਦੇ ਆਸਰੇ ਮੁੰਡੇ ਨੂੰ ਜਹਾਜ਼ ਚੜਾਏਗੇ ਤੇ ਆਪਾਂ ਕੱਲਿਆਂ ਨੇ ਇਸ ਤਰ੍ਹਾਂ ਕਰਨਾ ਚਾਰ ਪੰਜ ਜਣਿਆਂ ਨੂੰ ਤਾਂ ਮੈਂ ਜਾਣਦੀ ਆ ਜਿਨ੍ਹਾਂ ਨੇ ਆਪਣਾ ਮੁੰਡਾ ਜਾਂ ਕੁੜੀ ਇਸੇ ਤਰ੍ਹਾਂ ਬਾਹਰ ਭੇਜਿਆ ਆਪਣਾ ਤਾਂ ਰੁਲੀਆ ਸਿੰਘ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਉਹਦਾ ਮੂੰਹ ਬਾਹਰਲੇ ਦਰਵਾਜ਼ੇ ਵੱਲ ਸੀ ਰੁਲੀਆ ਸਿੰਘ ਦਾ ਅਗਲਾ ਇਸ਼ਾਰਾ ਸਮਝ ਕੇ ਦਲੀਪ ਕੌਰ ਬਾਹਰ ਵੱਲ ਚੱਕੀ ਵੇਖਿਆ ਰਿਸ਼ਤੇ ਚ ਲੱਗਦੀ ਚਾਚੀ ਭਜਨੋਂ ਅੰਦਰ ਆ ਗਈ ਸੀ। ਦਲੀਪਕਰ ਉੱਠ ਕੇ ਭਜਨੋਂ ਦੇ ਪੈਰਾਵਲ ਚੁੱਕੀ ਰੁਲੀਆ ਸਿੰਘ ਨੇ ਸੱਸੀ ਕਾਲ ਬੁਲਾ ਦਿਆਂ ਕਿ ਆ ਜਾ ਚਾਚੀ ਤੇ ਕੋਲ ਪਈ ਕੁਰਸੀ ਖਿੱਚ ਕੇ ਭਜਨੋਂ ਵੱਲ ਸਰਕਾਤੀ। ਭਜਨੋਂ ਦੇ ਚਿਹਰੇ ਤੇ ਝੁਰੜੀਆਂ ਦਾ ਜਾਲ ਸੰਘਣਾ ਹੋ ਰਿਹਾ ਸੀ। ਸਿਰ ਦੇ ਵਾਲ ਅਜੇ ਕਾਲੇ ਚਿੱਟੇ ਰਲਵੇਂ ਸਨ। ਹਰ ਸਮੇਂ ਸਰਦੀ ਗਰਮੀ ਨੂੰ ਪੂਰੀਆਂ ਬਾਹਾਂ ਵਾਲੀ ਕੁੜਤੀ ਪਾਉਂਦੀ ਸੀ। ਚੁੰਨੀ ਉਹ ਕਦੇ ਹੀ ਬਦਲਵੀਂ ਲੈਂਦੀ ਸੀ। ਨਹੀਂ ਤਾਂ ਗੁਰੂ ਘਰ ਵੱਲੋਂ ਮਿਲੇ ਸ੍ਰੋਪੇ ਦੀ ਚੁੰਨੀ ਵਜੋਂ ਵਰਤਦੀ। ਸਰੀਰ ਦੀ ਬਹੁਤੀ ਭਾਰੀ ਤਾਂ ਨਹੀਂ ਸੀ ਪਰ ਉਹਨੂੰ ਪਤਲੀ ਜਾਂ ਕਮਜ਼ੋਰ ਕਹਿਣਾ ਵੀ ਜੱਜਦਾ ਨਹੀਂ ਸੀ ਉਹ ਬੜੀ ਸਹਿਜ ਨਾਲ ਆਉਂਦੀ ਉਸੇ ਸਹਿਜ ਨਾਲ ਗੱਲਾਂ ਕਰਦੀ ਉਸੇ ਸਹਿਜ ਨਾਲ ਮੁੜ ਜਾਂਦੀ ਨਾ ਉਹਦੀਆਂ ਗੱਲਾਂ 'ਚ ਨਾ ਉਹਦੀ ਤੋਰ 'ਚ ਕਦੇ ਵੀ ਕਾਹਲ ਹੁੰਦੀ ਸੀ ਤੇਰੀ ਪੁੱਤ ਦੀ ਦਾ ਕੀ ਹਾਲ ਹੈ ਚਾਚੀ ਜਦੋਂ ਆਰਾਮ ਨਾਲ ਕੁਰਸੀ 'ਤੇ ਬੈਠ ਗਈ ਤਾਂ ਦਲੀਪ ਕੌਰ ਨੇ ਪੁੱਛਿਆ ਦਲੀਪ ਕੌਰੇ ਭਾਈ ਕੱਲੀ ਗੱਲ ਹੋਈ ਸੀ ਟੈਲੀਫੋਨ 'ਤੇ ਬੜੀ ਹੀ ਸਿਆਣੀਆਂ ਗੱਲਾਂ ਕਰਦੀ ਐ ਭਈ ਉਹ ਤਾਂ ਪਤੋਂ ਨਿਕੇਰੀ ਯੂਨੀਵਰਸਿਟੀ ਦਾ ਨਾਮ ਲੈਂਦੀ ਸੀ ਕਹਿੰਦੀ ਸੀ ਮੈਂ ਤਾਂ ਜਾਣੀ ਆ ਉੱਥੇ ਪੜਨ ਤੇ ਪਰੌਣਾ ਜਾਂਦਾ ਕੰਮ ਤੇ 20 ਘੰਟੇ ਸੱਤਾਂ ਦਿਨਾਂ ਦੇ ਤਾਂ ਭਾਈ ਕੁੜੀ ਵੀ ਕੰਮ ਕਰਦੀ ਐ ਅਸੀਂ ਤਾਂ ਸਾਰੇ ਟਰੂਡੋ ਨੂੰ ਸੀਸਾ ਦਿੰਨੇ ਆ ਜਿਉਂਦਾ ਰਵੇ ਤੇਰੇ ਬੱਚੇ ਜਿਉਂ ਜਿਹਨੇ ਸਾਡੇ ਧੀਆਂ ਪੁੱਤਾਂ ਦੇ ਸੁਪਨੇ ਪੂਰੇ ਕਰਦੇ ਆ ਸਾਡੇ ਵਾਲੇ ਕੈਪਟਨਾ ਬਾਦਲਾ ਨੇ ਤਾਂ ਅੱਧੀ ਪੰਜਾਬ ਨਸ਼ੇੜੀ ਬਣਾਤੀ ਬਾਕੀ ਵੇਲੇ ਤੁਰੇ ਫਿਰਦੇ ਆ ਕੁੱਤਿਆਂ ਦੀ ਪੂਛਾਂ ਮਰੋੜਦੇ ਬੇੜੀ ਬਹਿ ਜੇ ਇਹ ਜੇ ਲੀਡਰਾਂ ਦੀ ਇਥੇ ਤੱਕੇ ਖਾਣ ਨਾਲੋਂ ਤਾਂ ਭਾਈ 100 ਗੁਣਾ ਕੈਨੇਡਾ ਚੰਗੀ ਆ। ਧੀਾਂ ਦੀ ਹੁਣ ਕਦਰ ਪੈਣ ਲੱਗੀ ਆ ਭਾਈ। ਅਸੀਂ ਤਾਂ ਦੋਵੇਂ ਵੇਲੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ। ਕੁੜੀ ਕੈਨੇਡਾ ਗਈ ਕਰਕੇ ਅਸੀਂ ਵੀ ਚਾਰ ਸਿਆਣੇ ਬੰਦੇ ਆ ਝੁੱਠਣ ਬੈਠਣ ਜੋਗੇ ਹੋਏ। ਸਾਰਾ ਖਰਚ ਮੁੰਡੇ ਵਾਲੇ ਚੁੱਕਦੇ ਆ। ਫੀਸਾਂ ਦੇਣ ਨਾ ਦੇਣ ਸਾਨੂੰ ਭੋਰਾ ਫਿਕਰ ਨਹੀਂ। ਮੁੰਡਾ ਵੀ ਬਾਲਾ ਹਿਸਾਊ ਐ। ਬਾਲੀ ਹੁਸ਼ਿਆਰ ਜੀ ਕੁੜੀ ਸਾਡੀ ਪੂਰੇ 7 ਬੈਂਡ ਲੈ ਕੇ ਪਾਸ ਹੋਈ। ਫਿਰ ਤਾਂ ਭਾਈ ਦਲੀਪ ਕੁਰੀ ਤੈਨੂੰ ਕੀ ਦੱਸਾਂ ਮੁੰਡਿਆਂ ਵਾਲਿਆਂ ਨੇ ਤਾਂ ਸਾਡਾ ਘਰ ਨੀਵਾ ਕਰਤਾ। ਕਿੱਥੇ ਵੇਖਣਾ ਸੀ ਕੁੜੀ ਨੇ ਕੈਨੇਡਾ ਦਲੀਪ ਕੌਰ ਨੂੰ ਪਤਾ ਸੀ ਚਾਚੀ ਗੱਲਾਂ ਕਰਦੀ ਲੰਮੀ ਰਾਹਲ ਵੱਲ ਲੈਂਦੀ ਆ ਉਹਨੇ ਟੋਕਿਆ ਚਾਚੀ ਸਾਨੂੰ ਵੀ ਦੱਸ ਕੋਈ ਇਹੋ ਜੀ ਕੁੜੀ ਸਣੀ ਕੈਨੇਡਾ ਜਾਣ ਨੂੰ ਫਿਰਦਾ ਤੇਰਾ ਪੁੱਤਾਂ ਆਂਦਾ ਸਾਰਾ ਖਰਚ ਅਸੀਂ ਕਰਾਂਗੇ ਕੁੜੀਆਂ ਬਥੇਰੀਆਂ ਸੱਚੀ ਗੱਲ ਤਾਂ ਇਹ ਐ ਆ ਬੈਂਡ ਬੂੰਡ ਜੇ ਹੁਣ ਕੁੜੀਆਂ ਹੀ ਲੈਂਦੀਆਂ ਇੱਕ ਗੱਲ ਮੇਰੀ ਤੂੰ ਧਿਆਨ ਨਾਲ ਸੁਣ ਮੁੰਡਾ ਬਾਹਰ ਕੱਢਣਾ ਤੇ ਕੁੜੀ ਦੀ ਜਾਤ-ਜੂਤ ਨਾ ਵੇਖਿਓ ਸਾਡੀ ਕੁੜੀ ਦੇ ਤਾਂ ਭਾਈ ਕਰਮਬਲੀ ਸੀ ਮੁੰਡਾ ਆਪਣੇ ਭਾਈਚਾਰੇ ਚੋਂ ਲੱਭ ਗਿਆ ਅਸਤਾ ਛਾਟੀ ਹਾਂ ਕਰਤੀ ਜਿੱਦੇ ਕੁੜੀ ਪੱਕੀ ਹੋ ਗਈ ਮਾਂ ਪਿਓ ਵੀ ਜਾਣਗੇ ਮਗਰੇ ਜਿੰਦਗਾਨੀ ਰਹੀ ਤਾਂ ਇੱਕ ਵਾਰ ਮੈਂ ਵੀ ਵੇਖੂ ਕੈਨੇਡਾ ਕਿਹੋ ਜਿਹਾ ਸਾਰੇ ਪੰਜਾਬ ਸਾਰੀ ਪੰਜਾਬ ਇਹਦੇ ਪਿੱਛੇ ਕਮਲੀ ਹੋਈ ਫਿਰਦੀ ਐ ਚਾਚੀ ਤੂੰ ਘਰ ਆਪਣੇ ਪੁੱਤ ਨਾਲ ਗੱਲਾਂ ਮੈਂ ਚਾਹ ਧਰਦੀ ਆ ਦਲੀਪ ਕੌਰ ਬਹਾਨੇ ਨਾਲ ਉੱਠਣਾ ਚਾਹੁੰਦੀ ਸੀ ਉੰਜ ਵੀ ਭਜਣਾਉਂਦੀ ਆ ਕੈਨੇਡਾ ਤੇ ਆਪਣੇ ਪੋਤੀ ਦੀਆਂ ਸਫਤਾਂ ਦਲੀਪ ਕੌਰ ਨੂੰ ਵਧੇਰੇ ਪਰੇਸ਼ਾਨ ਕਰ ਰਹੀਆਂ ਸੀ ਧਿਆਨ ਸ਼ਨੀਵਲ ਵੀ ਸੀ ਜਿਹੜਾ ਬਿਨਾ ਕੁਝ ਦੱਸੇ ਮੋਟਰਸਾਈਕਲ ਲੈ ਕੇ ਚਲਾ ਗਿਆ ਸੀ ਉੱਠ ਖੜੀ ਹੋਈ ਦਲੀਪ ਘਰ ਨੂੰ ਭਜਨੋਂ ਨੇ ਕਿਹਾ ਤੂੰ ਭਾਈ ਪੜ੍ਹੀ ਲਿਖੀ ਸਕੂਲ ਮਾਸਟਰ ਨਹੀਂ ਕਾ ਨੂੰ ਐਂ ਕਰਦੀ ਐ ਚਾਹ ਨਹੀਂ ਮੈਂ ਪੀਣੀ ਹੈਗੀ ਬਹਿ ਜਾ ਇੱਥੇ ਚਾਹ ਕਿਹੜਾ ਚਿੱਥਣੀਆਂ ਚਾਚੀ ਘੁੱਟ ਭਰੀ ਤੇ ਅੰਦਰ ਆ ਕੇ ਦਲੀਪ ਘਰ ਅੰਦਰ ਵੱਲ ਤੁਰ ਪਈ ਉਹਨੂੰ ਡਰ ਸੀ ਚਾਚੀ ਕੋਈ ਹੋਰ ਕਥਾ ਨਾ ਛੇੜ ਲਵੇ ਤੇ ਰੁਲਿਆ ਸਿੰਘ ਅੰਦਰ ਕਨੇਡਾ ਬਾਰੇ ਜਾਣਨ ਲਈ ਕਈ ਸਵਾਲ ਉੱਸਲ ਵੱਟੇ ਲੈਣ ਲੱਗੇ ਕੁੜੀ ਦੇ ਪੇਪਰ ਕਿਹੜੇ ਟਰੈਵਲ ਏਜੰਟ ਤੋਂ ਤਿਆਰ ਕਰਵਾਏ ਸੀ ਖਰਚ ਕਿੰਨਾ ਆਇਆ ਵੀਜ਼ਾ ਕਿਨੇ ਚ ਲੱਗਿਆ ਕੈਨੇਡਾ ਚ ਕੁੜੀ ਕਿਹੜੀ ਸਟੇਟ ਚ ਗਈ ਹੈ ਮੁੰਡਾ ਕਿਹੜੇ ਸ਼ਹਿਰੋਂ ਜਾਂ ਪਿੰਡੋਂ ਹੈ ਫਿਰ ਸੋਚਿਆ ਚਾਚੀ ਨੂੰ ਕਿਹਨੇ ਦੱਸਿਆ ਹੁਣ ਸਾਰਾ ਕੁਝ ਕੁੜੀ ਦੇ ਪਿਓ ਨੂੰ ਜਾਣਕਾਰੀ ਹੋ ਚਾਚੀ ਭਲਾ ਕਿੰਨਾ ਕੁ ਬੋਲ ਜੇ ਰੁਲੀਆ ਸਿੰਘ ਦੇ ਮੂੰਹ ਚ ਹੀ ਸੀ ਬਾਹਰ ਇੱਕ ਮੋਟਰਸਾਈਕਲ ਆ ਕੇ ਰੁਕਿਆ ਮੋਟਰਸਾਈਕਲ ਵਾਲੇ ਨੇ ਇਸ਼ਾਰੇ ਨਾਲ ਰੁਲੀਆ ਸਿੰਘ ਨੂੰ ਸੱਦੇ ਕੋਲ ਜਾਣ ਤੇ ਮੁੰਡੇ ਨੇ ਪੁੱਛਿਆ ਸਨੀ ਦਾ ਘਰ ਹੈ ਹਾਂ ਕੀ ਗੱਲ ਤੁਸੀਂ ਸਨੀ ਦੇ ਮੈਂ ਸਨੀ ਦਾ ਡੈਡੀ ਹਾਂ ਗੱਲ ਕੀ ਸਨੀ ਕਿੱਥੇ ਹੈ ਰੁਲੀਆ ਸਿੰਘ ਦੇ ਦਿਲ ਦੀ ਧੜਕਣ ਵੱਗ ਗਈ ਅੰਕਲ ਉਹ ਬਾਹਰਲੇ ਫਾਟਕਾਂ ਕੋਲ ਪਿਆ ਹੈ ਕੋਈ ਨਸ਼ਾ ਨੁਸ਼ਾ ਕੀਤਾ ਲੱਗਦਾ ਹੈ ਦੱਸ ਕੇ ਮੋਟਰਸਾਈਕਲ ਵਾਲਾ ਤੁਰੰਤ ਚਲਾ ਗਿਆ ਗਲੀਪਕਰ ਜੀ ਚਾਹ ਲੈ ਕੇ ਨਹੀਂ ਸੀ ਆਈ ਰੁਲੀਆ ਸਿੰਘ ਨੇ ਉਹਨੂੰ ਦੱਸਣਾ ਠੀਕ ਨਾ ਸਮਝਿਆ ਚਾਚੀ ਤੂੰ ਚਾਹ ਪੀ ਮੈਂ ਆਇਆ ਆ ਕੇ ਸਕੂਟਰ ਲੈ ਕੇ ਫੌਰਨ ਘਰੋਂ ਬਾਹਰ ਨਿਕਲ ਗਿਆ ਵੀ ਭਾਈ ਸੁੱਖ ਤਾਂ ਹੈ ਚਾਚੀ ਦੇ ਬੋਲ ਉਹਨੇ ਅਣਸੁਣੇ ਕਰ ਦਿੱਤੇ ਜਦੋਂ ਦਲੀਪ ਕੌਰ ਚਾਹ ਲੈ ਕੇ ਆਈ ਤਾਂ ਰੁਲਿਆ ਸਿੰਘ ਨੂੰ ਉੱਥੇ ਨਾਂ ਵੇਖ ਕੇ ਪੁੱਛਿਆ ਚਾਚੀ ਇਹ ਕਿੱਧਰ ਚਲੇ ਗਏ ਭਾਈ ਕੋਈ ਮੋਟਰਸਾਈਕਲ ਤੇ ਆਇਆ ਸੀ ਸੁਨੇਹਾ ਦੇਣ ਸਣੀ ਕਿਸੇ ਪਾਸੇ ਡਿੱਗ ਗਿਆ ਪਿਆ ਰੁਲਿਆ ਸਿੰਘ ਤਾਂ ਛੱਟ ਤੁਰ ਗਿਆ ਤੇ ਚਾਹ ਕੀ ਦੀ ਲੰਗਣੀ ਸੀ ਦਲੀਪ ਕੌਰ ਨੇ ਰੁਲਿਆ ਸਿੰਘ ਨੂੰ ਫੋਨ ਮੁਲਾਇਆ ਘੰਟੀ ਦੀ ਆਵਾਜ਼ ਅੰਦਰੋਂ ਹੀ ਸੁਣੀ ਲੈ ਫੋਨ ਤਾਂ ਘਰੀ ਛੱਡ ਗਏ ਹੁਣ ਕੀ ਕਰੀਏ ਹੁਣ ਕਿਵੇਂ ਪਤਾ ਲੱਗੂ ਚਾਚੀ ਬਹਾਨਾ ਲਾ ਕੇ ਉੱਠੀ ਮੈਂ ਦੇਖਦੀ ਆ ਤੇਰਾ ਚਾਚਾ ਘਰੇ ਹੋਇਆ ਤਾਂ ਉਹਨੂੰ ਕੱਲ੍ਹ ਦੀਆਂ ਪਤਾ ਕਰਨ ਆਖਿਆ ਰਾਮ ਨਾਲ ਤੁਰ ਗਈ ਉਧਰ ਰੁਲੀਆ ਸਿੰਘ ਜਦੋਂ ਫਾਟਕਾਂ ਦੇ ਕੋਲ ਪੁੱਜਾ ਦੇਖਿਆ ਉੱਥੇ ਇੱਕ ਪਾਸੇ ਖੜੇ ਖੜ ਸੁੱਕ ਜੇ ਦਰਖਤ ਹੇਠਾਂ 8-10 ਬੰਦਿਆਂ ਦੀ ਭੇਟ ਸੀ ਸਕੂਟਰ ਖੜਾ ਕਰਕੇ ਰੁਲੀਆ ਸਿੰਘ ਜਦੋਂ ਉਹਨਾਂ ਕੋਲ ਗਿਆ ਤਾਂ ਇੱਕ ਲੰਮੀ ਦਾੜ੍ਹੀ ਵਾਲੇ ਨੇ ਆਪਣੀ ਨੀਲੀ ਪੱਗ ਤੇ ਹੱਥ ਫੇਰਦਿਆਂ ਕਿਹਾ ਆ ਪਿਆ ਸਾਡੇ ਰੰਗਲੇ ਪੰਜਾਬ ਦਾ ਗੱਭਰੂ ਇੱਕ ਹੋਰ ਬੋਲਿਆ ਇਹੋ ਜੇ ਨੂੰ ਦੇਸੀ ਘੋ ਪਿਆ ਦੀਏ ਤਾਂ ਮੈਨੂੰ ਲੱਗਦਾ ਸਾਵਾਂ ਦਾ ਸਾਵਾਂ ਪਿੱਛੋਂ ਦੀ ਨਿਕਲ ਜੂ ਦੋ ਤਿੰਨ ਜਣੇ ਦੁਖੀ ਜਿਹਾ ਹੱਸਾ ਹੱਸੇ ਰੁਲੀਆ ਸਿੰਘਾ ਹੋਇਆ ਸਣੀ ਟੇਡਾ ਜਿਹਾ ਹੋਇਆ ਰੁੱਖ ਦੇ ਤਣੇ ਨਾਲ ਸੇ ਟਕਾਈ ਇੱਕ ਕਮੇਟੀ ਪਿਆ ਸੀ ਲੱਤਾਂ ਸਿੱਧੀਆਂ ਗਾਂਵ ਵੱਲ ਸੀ ਰੁਲੀਆ ਸਿੰਘ ਨੇ ਸਣੀ ਨੂੰ ਹਿਲਾਉਣਾ ਭੇਡ ਚੋਂ ਇੱਕ ਜਣਾ ਮਾਸਟਰ ਨੂੰ ਪਛਾਣਦਾ ਸੀ ਉਹਨੇ ਰੁਲੀਆ ਸਿੰਘ ਨੂੰ ਕਦੇ ਕਦੇ ਵੀਰ ਸਿੰਘ ਨਾਲ ਵੇਖਿਆ ਸੀ ਬੋਲਚਾਲ ਕੋਈ ਖਾਸ ਨਹੀਂ ਸੀ ਕ੍ਰਾਂਤੀਪਾਲ ਸੀ ਉਹਦਾ ਨਾਮ ਉਹਨੇ ਨੇੜੇ ਹੁੰਦਿਆਂ ਪੁੱਛਿਆ ਮਾਸਟਰ ਜੀ ਆਪਣਾ ਮੁੰਡਾ ਹੈ ਰੁਲੀਆ ਸਿੰਘ ਕੀ ਕਹੇ ਨਮੋਸ਼ੀ ਦੇ ਮਾਰੇ ਨੇ ਸਿਰ ਹਿਲਾਇਆ ਘਬਰਾਓ ਨਾ ਮਾਸਟਰ ਜੀ ਆਪਾਂ ਇਹਨੂੰ ਹਸਪਤਾਲ ਲੈ ਚੱਲਦੇ ਹਾਂ ਮੇਰਾ ਵਾਕਿਫ ਹੈਗਾ ਇੱਕ ਡਾਕਟਰ ਕ੍ਰਾਂਤੀਪਾਲ ਨੇ ਹੌਸਲਾ ਦਿੱਤਾ ਫਿਰ ਉਹਨਾਂ ਦੂਸਰਿਆਂ ਦੀ ਮਦਦ ਨਾਲ ਸਣੀ ਨੂੰ ਚੁੱਕਿਆ ਬੋਰੀ ਵਾਂਗ ਲੱਦ ਕੇ ਕ੍ਰਾਂਤੀ ਕੈਲਦੇ ਕ੍ਰਾਂਤੀਪਾਲ ਦੇ ਪਿੱਛੇ ਬਿਠਾ ਕੇ ਜੱਫਾ ਮਾਰ ਲਿਆ ਡਾਕਟਰ ਭਾਵੇਂ ਕ੍ਰਾਂਤੀਪਾਲ ਤੇ ਜਾਣ ਪਛਾਣਦਾ ਸੀ ਪਰ ਉਹ ਇਸ ਹਾਲਤ ਵਿੱਚ ਮਰੀਜ਼ ਦਾ ਇਲਾਜ ਕਰਨੋਂ ਝਿਜਕਦਾ ਸੀ ਉਹਨਾਂ ਕਾਮਰੇਡ ਪਤਾ ਨਹੀਂ ਕੀ ਖਾਦਾ ਹੋਣਾ ਤੁਸੀਂ ਸਿਆਣੇ ਆ ਇਹ ਦੱਸਣ ਜੋਗਾ ਤਾਂ ਕੁਝ ਐ ਨਹੀਂ ਮੇਰੇ ਗੱਲ ਕੋਈ ਮੁਸੀਬਤ ਨਾ ਪਾ ਦਿਓ ਡਾਕਟਰ ਸਾਹਿਬ ਜੇ ਤੁਸੀਂ ਜਵਾਬ ਦੇਵੋਗੇ ਤਾਂ ਅਸੀਂ ਤਾਂ ਹੋਰ ਕੌਣ ਹੱਥ ਪਾਓ ਤੁਸੀਂ ਦਾਖਲ ਕਰੋ ਫਾਰਮ ਤੇ ਮੇਰੀ ਜ਼ਿੰਮੇਵਾਰੀ ਦੇ ਦਸਖਤ ਕਰਾ ਲਓ ਸਨੀ ਦਾਖਲ ਹੋ ਗਿਆ ਗਲੂਕੋਜ਼ ਲਾ ਦਿੱਤਾ ਗਿਆ ਇੱਕ ਦੋ ਟੀਕੇ ਵੀ ਡਾਕਟਰ ਨੇ ਗਲੂਕੋਜ਼ ਚ ਪਾਈ ਕੁਝ ਦਿਨ ਬਾਅਦ ਸਨੀ ਨੇ ਜ਼ਰਾ ਕੱਖਾਂ ਪੁੱਟ ਕੇ ਵੇਖਣ ਦਾ ਯਤਨ ਕੀਤਾ ਡਾਕਟਰ ਨੇ ਨਬਜ਼ ਵੇਖ ਕੇ ਅੱਖਾਂ ਦੀ ਪੁਤਲੀਆਂ ਪੁੱਠੀਆਂ ਕਰਕੇ ਨਰੀਖਣ ਕੀਤਾ ਫਿਰ ਰੁਲਿਆ ਸਿੰਘ ਨੂੰ ਕਿਹਾ ਕਬਰਾਉਣ ਵਾਲੀ ਕੋਈ ਗੱਲ ਨਹੀਂ ਅੱਧੇ ਪੌਣੇ ਘੰਟੇ ਚ ਹੋਸ਼ ਆ ਜਾਏਗੀ ਇਹਨਾਂ ਸੁਣ ਕੇ ਵੀ ਰੁਲਿਆ ਸਿੰਘ ਪਹਿਲਾਂ ਵਾਂਗੀ ਦੁਖੀ ਸੀ ਉਹ ਸਣੀ ਦੇ ਲੱਗ ਗਈ ਬੈਂਚ ਉੱਪਰ ਨੀਵੀਂ ਪਾਈ ਬੈਠਾ ਸੀ ਕ੍ਰਾਂਤੀਕਰ ਨੇ ਹੌਸਲਾ ਦੇਣ ਲਈ ਉਹਦਾ ਮੁੰਡਾ ਥੱਪ ਥਪਾਇਆ ਪਾਸਟਰ ਜੀ ਠੀਕ ਹੈ ਹੁਣ ਮੁੰਡਾ ਮੈਂ ਡਾਕਟਰ ਨਾਲ ਗੱਲ ਕਰੀ ਐ ਉਂਝ ਦੇਖ ਲੋ ਕਿੱਧਰੋਂ ਤੁਰੇ ਜਾਂਦਾ ਪੰਜਾਬ ਆਪਣੀ ਬੋਲੀ ਪਾਉਂਦੀਆਂ ਹੁੰਦੀਆਂ ਹਨ ਕੁੜੀਆਂ ਸਾਡੇ ਪਿੰਡ ਦੇ ਗੱਭਰੂ ਵੇਖ ਲੋ ਜਿਵੇਂ ਟੱਲੀ ਦੇ ਪਾਵੇ ਹੁਣ ਇਹਨਾਂ ਪਾਵਿਆਂ ਨੂੰ ਸਿਉਂਕ ਲੱਗੀ ਤੇ ਜਰਜਰੀ ਹੋ ਗਏ ਮੈਂ ਜਦੋਂ ਪੜਦਾ ਸੀ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਸਾਡੇ ਸਿਲੇਬਸ ਸੀ ਇਹ ਗੱਭਰੂ ਪੰਜਾਬ ਦੇ ਮੌਤ ਨੂੰ ਕਰਨ ਮੁਖਾਲਾਂ ਪਰ ਟੈ ਨਾ ਮੰਨਣ ਕਿਸੇ ਦੀ ਤੇ ਹੁਣ ਮੌਤ ਇਹਨਾਂ ਨੂੰ ਮੁਖਾਲਾਂ ਕਰਦੀ ਫਿਰਦੀ ਹੈ ਮੈਨੂੰ ਲੱਗਦਾ ਮਾਸਟਰ ਜੀ ਕੋਈ ਟਾਵਾ ਘਾਰੀ ਬਚਿਆ ਹੋ ਨਸ਼ਿਆਂ ਤੋਂ ਤਾਂ ਹੀ ਮਾਪੇ ਬਾਹਰ ਕੱਢੀ ਜਾਂਦੇ ਪਹਿਲਾਂ ਅੱਤਵਾਦ ਨੇ ਪੰਜਾਬ ਦਾ ਬੇੜਾ ਘਰ ਕਰਤਾ ਹੁਣ ਨਸ਼ਿਆਂ ਨੇ ਉਹਨਿੱਕੀ ਜੀ ਗਾਲ ਕੱਢੀ ਬਣਾਤਾ ਪੰਜਾਬ ਕੈਲੀਫੋਰਨੀਆ ਨਸ਼ਿਆਂ ਦੀ ਚੇਨ ਨਹੀਂ ਟੁੱਟਣ ਦਿੰਦੇ ਰੁਲਿਆ ਸਿੰਘ ਪਹਿਲਾਂ ਹੀ ਦੁਖੀ ਸੀ ਕ੍ਰਾਂਤੀਪਾਲ ਦੀਆਂ ਗੱਲਾਂ ਸੁਣ ਕੇ ਹੋਰ ਦੁਖੀ ਹੋ ਗਿਆ ਮੈਂ ਤਾਂ ਹੁਣ ਜਾਊਂਗਾ ਮਾਸਟਰ ਜੀ ਕ੍ਰਾਂਤੀਪਾਲ ਬੋਲਿਆ ਸਣੀ ਘਰੋਂ ਮੋਟਰਸਾਈਕਲ ਲੈ ਕੇ ਗਿਆ ਸੀ ਉਦੋਂ ਘਬਰਾਏ ਨੂੰ ਮੈਨੂੰ ਸਮਝ ਨਾ ਆਵੇ ਕੀ ਕਰੀਏ ਹੈਗਾ ਮੋਟਰਸਾਈਕਲ ਮੈਨੂੰ ਪਤਾ ਹੈ ਚਾਬੀ ਵਿੱਚ ਹੀ ਸੀ ਮੈਂ ਨਾਲ ਦੇ ਘਰ ਵਾਲੇ ਨੂੰ ਕਹੇ ਅਸੀਂ ਆਪਣੇ ਘਰ ਲੈ ਜਾਓ ਅਥਰੇ ਮੈਂ ਛੱਡ ਆਉਂਗਾ ਫਿਕਰ ਨਾ ਕਰੋ ਰੁਲਿਆ ਸਿੰਘ ਹੱਥ ਜੋੜੀ ਖੜਾ ਸੀ ਉਦੇ ਮੂੰਹ ਤੋਂ ਧੰਨਵਾਦ ਵੀ ਨਹੀਂ ਸੀ ਨਿਕਲ ਰਿਹਾ ਕ੍ਰਾਂਤੀਪਾਲ ਨੇ ਉਹਦੇ ਜੁੜੇ ਹੱਥ ਘੁੱਟ ਕੇ ਕਿਹਾ ਮੁੰਡੇ ਦਾ ਖਿਆਲ ਰੱਖੋ ਮਾਸਟਰ ਜੀ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਤੇ ਉਹ ਚਲਾ ਗਿਆ ਧੰਨਵਾਦ ਚਲਦਾ